ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਬੈਕ ਤੁਹਾਡਾ ਅੱਜ ਦੀ ਵੀਡੀਓ 'ਚ। ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਗੈਪ ਦੇ ਬਾਰੇ, ਵੀ ਜੇ ਤੁਸੀਂ US ਦਾ ਸਟੱਡੀ ਵੀਜ਼ੇ ਲਈ ਅਪਲਾਈ ਕਰਨਾ ਵਾ ਤਾਂ ਤੁਹਾਡਾ ਕਿੰਨੇ ਟਾਈਮ ਦਾ ਗੈਪ ਐਕਸੈਪਟਡ ਆ, ਜੇ ਐਕਸੈਪਟਡ ਨਹੀਂ ਤਾਂ ਆਪਾਂ ਨੂੰ ਕਿਸ ਤਰ੍ਹਾਂ ਡਿਪਲੋਮਾ ਬਣਾਉਣਾ ਚਾਹੀਦਾ ਵਾ, ਠੀਕ ਹੈ, ਕਿ ਵੀ ਐਕਸਪੀਰੀਅੰਸ ਦਾ ਬਣਾਉਣਾ ਚਾਹੀਦਾ ਜਾਂ ਕਿਸੇ ਐਜੂਕੇਸ਼ਨ ਦਾ ਬਣਾਉਣਾ ਚਾਹੀਦਾ ਵਾ, ਵੀ ਉਹ ਪੁੱਛਦੇ ਨੇ ਗੈਪ ਬਾਰੇ, ਜੇ ਪੁੱਛਦੇ ਨੇ ਤਾਂ ਆਪਾਂ ਨੂੰ ਕਿਵੇਂ ਉਹਨਾਂ ਨੂੰ ਜਸਟੀਫਾਈ ਕਰਨਾ ਗੈਪ, ਉਹਨਾਂ ਸਾਰੀ ਚੀਜ਼ਾਂ ਬਾਰੇ ਆਪਾਂ ਗੱਲ ਕਰਾਂਗੇ। ਮੇਕ ਸ਼ੋਰ ਵੀ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਔਰ ਕਮੈਂਟ ਸਬਸਕ੍ਰਾਈਬ ਕਰੋ, ਸਾਰਾ ਲਾਈਕ ਵੀ ਕਰੋ, ਸ਼ੇਅਰ ਵੀ ਕਰੋ ਅਤੇ ਕਮੈਂਟ ਵੀ ਅਤੇ ਸਬਸਕ੍ਰਾਈਬ ਵੀ ਕਰ ਦਿਓ, ਹਾਂ ਸਭ ਕੁਛ ਕਰ ਦਿਓ ਜੋ ਵੀ ਹੁੰਦਾ। ਓਕੇ, ਅਤੇ ਛੋਟੀ ਜਿਹੀ ਵੀਡੀਓ ਬਣਾਵਾਂਗੇ ਆਪਾਂ, ਅਤੇ ਇਹਨੂੰ ਤੁਸੀਂ ਹੋ ਸਕਿਆ ਤਾਂ 1.5 ਦੇ ਕਰਕੇ ਦੇਖ ਲਿਓ ਜੇ ਬੋਰਿੰਗ ਲੱਗਦੀ ਹੋਵੇ ਤਾਂ। ਗੈਪ ਤੁਹਾਨੂੰ ਮੈਂ ਦੱਸ ਦੇਵਾਂ ਵੀ ਗੈਪ ਐਕਸੈਪਟਡ ਆ, ਮੇਰਾ ਖੁਦ ਦਾ ਗੈਪ 3 ਸਾਲ ਦਾ ਸੀਗਾ, 3 ਸਾਲ ਤੋਂ ਵੀ ਜ਼ਿਆਦਾ ਹੀ ਹੋ ਗਿਆ ਸੀ। ਮੈਂ 2019 'ਚ ਪਾਸ ਆਊਟ ਕੀਤੀ ਸੀਗੀ, ਉਹ ਤੋਂ ਬਾਅਦ ਆਰਟਸ ਕਰਦਾ, ਫਿਰ ਲੋਕਡਾਊਨ ਲੱਗ ਗਿਆ, ਫਿਰ ਮੇਰੀਆਂ ਰਿਫਿਊਜ਼ਲਾਂ ਆਈਆਂ। ਆਪਾਂ ਇਸ ਟੋਪਿਕ 'ਤੇ ਵੀ ਗੱਲ ਕਰਾਂਗੇ, ਰਿਫਿਊਜ਼ਲ ਦਾ ਮੈਟਰ ਕਰਦੀ ਨਹੀਂ ਕਰਦੀ, ਹੈ ਨਾ, ਅਤੇ ਉਹਨੂੰ ਜਾਂ ਨਹੀਂ ਦੱਸਣਾ ਕਿਵੇਂ, ਆਪਾਂ ਹਰ ਚੀਜ਼ ਦੇ ਆਪਾਂ ਗੱਲ ਕਰਾਂਗੇ। ਅਤੇ ਮੇਰਾ ਉਹ ਤੋਂ ਬਾਅਦ ਰਿਫਿਊਜ਼ਲ ਆਈਆਂ, ਅਤੇ ਮੈਂ 19 'ਚ +2 ਪਾਸ ਕੀਤੀ ਸੀਗੀ, ਅਤੇ ਮੈਂ ਹੁਣ ਆਇਆ ਮੈਂ 23 ਦੇ ਵਿੱਚ ਇੱਥੇ, ਹੈ ਨਾ। ਅਤੇ ਮੇਰਾ ਗੈਪ ਦੇ ਬਾਰੇ ਜੇ ਤੁਹਾਨੂੰ ਦੱਸਾਂ ਵੀ, ਇੰਟਰਵਿਊ ਐਕਸਪੀਰੀਅੰਸ ਵਿੱਚ ਮੈਨੂੰ ਪੁੱਛਿਆ ਸੀ ਜਾਂ ਨਹੀਂ, ਮੈਨੂੰ ਉਹਨਾਂ ਨੇ ਨਹੀਂ ਪੁੱਛਿਆ, ਮੈਨੂੰ ਉਹਨਾਂ ਨੇ ਕੁਛ ਵੀ ਨਹੀਂ ਪੁੱਛਿਆ ਵੀ ਤੂੰ ਕੀ ਕੀਤਾ ਇੰਨੇ ਟਾਈਮ ਦੇ ਵਿੱਚ, ਹੈ ਨਾ। ਅਤੇ ਮੈਂ ਤੁਹਾਨੂੰ ਸੁਜੈਸਟ ਇਹ ਕਰੂੰਗਾ ਵੀ ਜੇ ਤਾਂ ਤੁਹਾਡਾ ਗੈਪ 1-2 ਸਾਲ ਦਾ ਵਾ, ਠੀਕ ਹੈ, ਵੀ ਤੁਸੀਂ ਮੰਨ ਲਓ ਵੀ ਹੁਣ 23 ਚੱਲਦਾ ਵਾ, ਤੁਸੀਂ 22 ਦੇ ਵਿੱਚ ਕੀਤੀ ਆ, ਤਾਂ ਤੁਸੀਂ ਜਾਂ 21 ਦੇ ਵਿੱਚ ਵੀ ਆਪਾਂ ਮੰਨ ਲਈਏ, ਮੰਨ ਲਓ ਤੁਸੀਂ 21 ਛੱਡ ਦਿਓ, 22 ਵਾਲੇ ਦੇਖੋ ਵੀ 22 ਦੇ ਵਿੱਚ ਕੀਤੀ ਆ, ਤਾਂ ਤੁਸੀਂ ਕੁਛ ਵੀ ਤੁਹਾਨੂੰ ਸਰਟੀਫਿਕੇਸ਼ਨ ਵਗੈਰਾ ਦੀ ਲੋੜ ਨਹੀਂ ਹੈਗੀ, ਹੈ ਨਾ। ਉਹ ਕਿਉਂ ਨਹੀਂ ਲੋੜ, ਤੁਸੀਂ ਉਹਨੂੰ ਸਿੰਪਲੀ ਕਹਿ ਸਕਦੇ ਹੋ ਵੀ ਮੈਂ ਤਾਂ ਸਕੂਲ ਕਰਨ ਤੋਂ ਬਾਅਦ, ਹੈ ਨਾ, ਸਕੂਲਿੰਗ ਕਰਨ ਤੋਂ ਬਾਅਦ ਮੈਂ ਐਕਸਪਲੋਰ ਕਰ ਰਿਹਾ ਸੀਗਾ ਓਪਰਚੁਨਿਟੀਜ਼, ਹੈ ਨਾ, ਮੈਂ ਐਕਸਪਲੋਰ ਕਰ ਰਿਹਾ ਸੀ ਵੀ ਕਿੱਧਰ ਜਾਣਾ ਚਾਹੀਦਾ, ਕਿਸ ਫੀਲਡ ਵੱਲ ਜਾਣਾ ਚਾਹੀਦਾ ਵਾ ਵੀ। ਸੋ ਇਟ ਮੈਨੂੰ ਉਸ ਚੀਜ਼ ਨੂੰ ਕਰਨ ਲੱਗੇ, ਹੈ ਨਾ, ਮੈਨੂੰ ਤਿੰਨ ਚਾਰ ਮਹੀਨੇ ਲੱਗ ਗਏ। ਉਦੋਂ ਬਾਅਦ ਫਿਰ ਮੈਨੂੰ US ਬਾਰੇ ਮੈਂ ਡਿਸਾਈਡ ਕੀਤਾ, ਅਤੇ ਜਦੋਂ ਮੈਂ US ਬਾਰੇ ਡਿਸਾਈਡ ਕੀਤਾ ਫਿਰ ਇਸ ਪ੍ਰੋਸੈਸ ਦੇ ਵਿੱਚ ਮੈਨੂੰ 5-6 ਮਹੀਨੇ ਲੱਗ ਗਏ, ਠੀਕ ਹੈ। ਮੈਂ I-20 ਵਗੈਰਾ ਅਪਲਾਈ ਕੀਤੀ, ਉਹ ਆਫਰ ਵਗੈਰਾ ਸਭ, ਐਡਮਿਸ਼ਨ ਡੇਟਸ ਵਗੈਰਾ ਲਈ, ਇਸ ਕਰਕੇ ਮੈਨੂੰ ਇੱਕ ਪੂਰਾ ਸਾਲ ਲੱਗ ਗਿਆ, 1 ਸਾਲ ਲੱਗ ਗਿਆ, ਜਿੰਨਾ ਵੀ ਟਾਈਮ ਤੁਹਾਨੂੰ ਲੱਗ ਗਿਆ। ਸੋ ਤੁਸੀਂ ਇਸ ਤਰੀਕੇ ਨਾਲ ਜਸਟੀਫਿਕੇਸ਼ਨ ਦੇ ਸਕਦੇ ਹੋ, ਉਹ ਕੁਛ ਜ਼ਿਆਦਾ ਮੈਟਰ ਨਹੀਂ ਕਰਦਾ, ਠੀਕ ਹੈ, ਸਮਝਦੇ ਨੇ ਵੀ ਇੰਨਾ ਟਾਈਮ ਲੱਗਦਾ ਵਾ, ਕਿਉਂਕਿ ਉਹਨੂੰ ਲੱਗਦਾ ਵੀ ਬਹੁਤ ਵੱਡਾ ਪ੍ਰੋਸੈਸ ਆ, ਹੈ ਨਾ, ਅਤੇ ਵੀ ਇਹਨੂੰ ਡਿਸਾਈਡ ਕਰਨੇ ਟਾਈਮ ਲੱਗਦਾ ਵਾ। ਸੋ ਤੁਸੀਂ ਉਹ ਸਿੰਪਲੀ ਕਹਿ ਸਕਦੇ ਵੀ ਮੈਂ ਸਾਰਾ ਪ੍ਰੋਸੈਸ ਐਕਸਪਲੋਰ ਕਰ ਰਿਹਾ ਸੀਗਾ, ਜਿਹੜਾ ਮੇਰਾ US ਦਾ ਪ੍ਰੋਸੈਸ ਚੱਲ ਰਿਹਾ ਸੀ, ਉਹਨੂੰ ਟਾਈਮ ਲੱਗ ਗਿਆ, ਇਸ ਕਰਕੇ ਮੇਰਾ ਇੰਨਾ ਗੈਪ ਹੋ ਗਿਆ, ਠੀਕ ਹੈ। ਹੁਣ ਗੱਲ ਆਉਂਦੀ ਹੈ ਵੀ ਜਿਨ੍ਹਾਂ ਨੇ ਉਦੋਂ 2-3 ਸਾਲ ਪਹਿਲਾਂ ਕੀਤੀ ਆ, ਉਹ ਤੁਸੀਂ, ਮੈਂ ਤੁਹਾਨੂੰ ਇਹ ਸੁਜੈਸਟ ਕਰੂੰਗਾ ਵੀ ਤੁਸੀਂ ਉਹਦਾ ਕੁਛ ਨਾ ਕੁਛ ਉਹਨੂੰ ਕਵਰ ਕਰੋ ਗੈਪ ਨੂੰ। ਜੇ ਤਾਂ ਤੁਸੀਂ +2 ਕੀਤੀ ਆ, ਤਾਂ ਤੁਸੀਂ ਕੋਈ ਵੀ ਐਜੂਕੇਸ਼ਨ ਰਿਲੇਟਡ, ਠੀਕ ਹੈ, ਵੀ ਕੋਈ ਡਿਪਲੋਮਾ ਵਗੈਰਾ, ਕੰਪਿਊਟਰ ਵਗੈਰਾ ਦੀ ਫੀਲਡ ਰਿਲੇਟਡ, ਇੱਕ ਇਹ ਕੁਸ਼ਚਨ ਪੁੱਛ ਦਿੰਦੇ ਵੀ ਕਿਹੜਾ ਗੈਪ ਵੀ ਕਿਹੜਾ ਡਿਪਲੋਮਾ ਬਣਾਈਏ, ਵੀਰੇ ਇਹ ਮੈਨੂੰ ਨਹੀਂ ਪਤਾ ਹੈਗਾ, ਇਹ ਤੁਸੀਂ ਖੁਦ ਦੇਖਣਾ ਵਾ ਵੀ ਤੁਹਾਡੀ ਫੀਲਡ ਕੀ ਆ। ਤੁਸੀਂ ਆਰਟਸ ਕੀਤੀ ਆ, ਤੁਸੀਂ ਨੋਨ ਮੈਡੀਕਲ ਕੀਤਾ, ਤੁਸੀਂ ਮੈਡੀਕਲ ਕੀਤਾ, ਅਤੇ ਉਸੇ ਫੀਲਡ ਦਾ ਹੀ ਬਣੂਗਾ। ਜੇ ਤੁਸੀਂ ਨੋਨ ਮੈਡੀਕਲ ਕੀਤਾ ਤਾਂ ਤੁਸੀਂ ਕੰਪਿਊਟਰ ਦਾ ਬਣਾਓ, ਜੇ ਤੁਸੀਂ ਕਾਮਰਸ ਕੀਤੀ ਤੁਸੀਂ ਬਿਜ਼ਨਸ ਦਾ ਬਣਾਓ, ਵੀ ਕਿਸੇ ਐਡਮਿਨਿਸਟ੍ਰੇਸ਼ਨ, ਕਿਸੇ ਆਫਿਸ ਦੇ ਵਿੱਚ ਫਰੰਟ ਡੈਸਕ 'ਤੇ ਲੱਗਿਆ ਹੁੰਦਾ ਸੀ ਮੈਂ, ਠੀਕ ਆ, ਕਿਸੇ ਇੱਕ ਬਿਜ਼ਨਸ ਦੀ ਕੰਪਨੀ ਵਿੱਚ ਕੋਈ ਕੰਪਨੀ ਬਿਜ਼ਨਸ ਕਰਦੀ ਸੀ, ਉਹਦੇ ਨਾਲ ਇਨਵੋਲਵ ਸੀਗਾ, ਆਰਟਸ ਸੀਗੀ ਉਹਦੇ 'ਚ, ਜਿਹੜਾ ਤੁਹਾਡਾ ਇੰਟਰਸਟ ਸੀਗਾ, ਜਿਹਦੇ ਤੁਸੀਂ ਅੱਗੇ ਉਹਨੂੰ ਕੰਟੀਨਿਊ ਕਰ ਰਹੇ ਹੋ, ਜਿਵੇਂ ਮੇਰਾ ਸੋਸ਼ਲ ਵਰਕ ਦਾ ਸੀਗਾ, ਸੋ ਮੈਂ ਸੋਸ਼ਲ ਵਰਕ ਦਾ ਬਣਾਇਆ, ਠੀਕ ਆ, ਅਤੇ ਬਣਾਇਆ ਮਤਲਬ, ਅਤੇ ਤੁਸੀਂ ਆਰਟਸ ਆ, ਤੁਸੀਂ ਜਿਹੜਾ ਅੱਗੇ ਕੋਰਸ ਲੈ ਰਹੇ ਹੋ, ਤੁਸੀਂ ਉਸ ਦੇ ਰਿਲੇਟਡ ਡਿਪਲੋਮਾ ਬਣਾਓ, ਉਹਨੂੰ ਤੁਸੀਂ ਕੀ ਕਰ ਲਓ, ਤੁਸੀਂ 1 ਸਾਲ ਦਾ ਸਰਟੀਫਿਕੇਸ਼ਨ ਕੋਰਸ ਬਣਾ ਲਓ, 2 ਸਾਲ ਦਾ ਬਣਾ ਲਓ, ਉਦੋਂ ਬਾਅਦ ਜੇ ਤੁਹਾਡਾ 3 ਸਾਲ ਦਾ ਗੈਪ ਆ, 4 ਸਾਲ ਦਾ ਗੈਪ ਆ, ਤਾਂ ਉਹਤੇ ਇੱਕ ਵਰਕ ਐਕਸਪੀਰੀਅੰਸ ਬਣਵਾ ਲਓ, ਥੋੜ੍ਹਾ ਜਿਹਾ ਵਰਕ ਐਕਸਪੀਰੀਅੰਸ ਸ਼ੋਅ ਕਰ ਦਿਓ, ਠੀਕ ਹੈ। ਸੋ ਉਹਨੂੰ ਜਸਟੀਫਾਈ ਕਿਵੇਂ ਕਰਨਾ ਵਾ, ਵੀ ਜਦੋਂ ਮੈਂ ਆਪਦਾ ਕੰਮ ਕਰ ਰਿਹਾ ਸੀ, ਜਦੋਂ ਮੈਂ ਡਿਪਲੋਮਾ ਕੀਤਾ, ਉਦੋਂ ਬਾਅਦ ਫਿਰ ਮੈਂ ਓਪਰਚੁਨਿਟੀ ਨੂੰ ਐਕਸਪਲੋਰ ਕਰਨ ਲੱਗਿਆ, ਠੀਕ ਆ, ਮੈਂ ਕੰਮ ਕਰਨਾ ਸਟਾਰਟ ਕੀਤਾ, ਅਤੇ ਦੈਨ ਮੈਨੂੰ ਪਤਾ ਲੱਗਿਆ ਵੀ ਇਹ ਹਜੇ ਵਰਥ ਨਹੀਂ ਹੈਗਾ, ਠੀਕ ਆ, ਵੀ ਇਹ ਹਜੇ ਸਫੀਸ਼ੀਐਂਟ ਨਹੀਂ ਹੈਗਾ, ਵੀ ਮੈਨੂੰ ਹੋਰ ਸਟੱਡੀ ਕਰਨ ਦੀ ਲੋੜ ਆ, ਮੈਨੂੰ ਹੋਰ ਸਿੱਖਣ ਦੀ ਲੋੜ ਆ। ਮੰਨ ਲਓ ਵੀ ਤੁਸੀਂ ਕੰਪਿਊਟਰ ਦਾ ਕਰ ਲਿਆ, ਕੰਪਿਊਟਰ ਦਾ ਤੁਸੀਂ ਬੇਸਿਕ ਜਿਹਾ ਕਰ ਲਿਆ, ਤੁਸੀਂ ਕਹੋ ਵੀ ਮੈਂ ਜਦੋਂ ਡਿਪਲੋਮਾ ਕੀਤਾ, ਉਦੋਂ ਬਾਅਦ ਫਿਰ ਮੈਂ ਥੋੜ੍ਹਾ ਟਾਈਮ ਕੰਮ ਕੀਤਾ, ਅਤੇ ਮੈਨੂੰ ਉਹ ਕੰਮ ਕਰਨ ਦੇ ਡਿਊਰਿੰਗ ਮੈਨੂੰ ਪਤਾ ਲੱਗਿਆ ਵੀ ਆਈ ਸਟਿਲ, ਹੈ ਨਾ, ਵੀ ਮੈਨੂੰ ਹਜੇ ਵੀ ਕੀ ਹੋ ਗਿਆ, ਓਕੇ, ਵੀ ਮੈਨੂੰ ਹਜੇ ਵੀ ਬਹੁਤ ਕੁਛ ਸਿੱਖਣ ਵਾਲਾ ਰਹਿੰਦਾ ਵਾ ਨਾ, ਵੀ ਮੇਰੇ ਦੈਨ ਉਦੋਂ ਮੈਨੂੰ ਪਤਾ ਲੱਗਿਆ ਵੀ ਹਜੇ ਵੀ ਬਹੁਤ ਕੁਛ ਸਿੱਖਣ ਵਾਲਾ ਪਿਆ ਵਾ, ਠੀਕ ਆ, ਆਈ ਸਟਿਲ ਨੀਡ ਟੂ ਲਰਨ ਮੋਰ, ਤੁਸੀਂ ਇੱਦਾਂ ਐਕਸਕਿਊਜ਼ ਦੇ ਸਕਦੇ ਹੋ। ਸੋ ਇਸ ਕਰਕੇ ਜਦੋਂ ਮੈਂ ਆਪਾਂ ਕੀ ਕਹਿ ਸਕਦੇ ਹਾਂ ਵੀ ਐਕਸਪਲੋਰ ਕਰਨਾ ਸ਼ੁਰੂ ਕੀਤਾ, ਅਤੇ ਮੈਨੂੰ ਪਤਾ ਲੱਗਿਆ ਵੀ US ਇੱਕ ਬੈਟਰ ਆਪਸ਼ਨ ਆ, ਠੀਕ ਹੈ, US 'ਚ ਜਾ ਕੇ ਮੰਨ ਲਓ ਕੰਪਿਊਟਰ ਕੀਤਾ, ਹੁਣ ਮੈਂ CS ਕਰੂੰਗਾ, CS ਮੈਂ ਕੰਪਿਊਟਰ ਸਾਇੰਸ ਕਰੂੰਗਾ, ਠੀਕ ਹੈ ਨਾ, ਉੱਥੇ ਮੈਂ ਕੰਪਿਊਟਰ ਸਾਇੰਸ ਬੈਚਲਰਸ ਕਰੂੰਗਾ, ਫਿਰ ਉਦੋਂ ਬਾਅਦ ਮੇਰੇ ਕੋਲ ਇੱਕ ਮੇਰੀ ਡਿਗਰੀ ਵਿੱਚ ਵੈਲਿਊ ਹੋਊਗੀ, ਠੀਕ ਆ, ਮੇਰੇ ਰਿਜ਼ਿਊਮੇ ਵਿੱਚ ਡਿਗਰੀ ਦੀ ਵੈਲਿਊ ਹੋਊਗੀ ਮੇਰੇ ਰਿਜ਼ਿਊਮ ਵਿੱਚ, ਸੇ ਦੈਨ ਮੈਨੂੰ ਕੋਈ ਈਜ਼ੀਲੀ ਜੋਬ ਮਿਲ ਸਕਦੀ, ਕੋਈ ਮੈਂ ਕੋਈ ਉਹਦੇ ਬਿਜ਼ਨਸ ਦਾ ਕਹਿ ਸਕਦਾ ਵੀ ਜਦੋਂ ਮੈਂ ਬਿਜ਼ਨਸ ਵਿੱਚ ਇਨਵੋਲਵ ਹੋਇਆ, ਠੀਕ ਆ,
ਠੀਕ ਹੈ ਨਾ ਤੇ ਜਿਨ੍ਹਾਂ ਦਾ ਬੈਚਲਰਸ ਤੋਂ ਬਾਅਦ ਗੈਪ ਆ ਉਹ ਤਾਂ ਸਿੰਪਲੀ ਵਰਕ ਐਕਸਪੀਰੀਅੰਸ ਲਾ ਸਕਦੇ ਆ ਉਹਨਾਂ ਨੂੰ ਸਟੱਡੀ ਦੀ ਲੋੜ ਨਹੀਂ ਉਹ ਬੈਚਲਰ ਕਰਕੇ ਉਦੋਂ ਬਾਅਦ ਐਕਸਪੀਰੀਅੰਸ ਲਾਓ ਠੀਕ ਆ ਤੇ ਉਦੋਂ ਬਾਅਦ ਤੁਸੀਂ ਦੇਖੋ ਵੀ ਜਦੋਂ ਐਕਸਪੀਰੀਅੰਸ ਉਹ ਪੁੱਛਣਗੇ ਵੀ ਤੂੰ ਹੁਣ ਮਾਸਟਰਸ ਕਿਉਂ ਕਰਨ ਚੱਲਿਆ ਦੱਸੋ ਵੀ ਮੈਂ ਕੰਮ ਕੀ ਕਰਦਾ ਸੀਗਾ ਮੈਨੂੰ ਲੱਗਿਆ ਵੀ ਹਜੇ ਹੋਰ ਲੋੜ ਆ ਮੈਂ ਪੂਰਾ ਉਹ 'ਚ ਸਕਿੱਲਡ ਨਹੀਂ ਹੈਗਾ ਮੈਨੂੰ ਪ੍ਰੋਪਰ ਨੌਲੇਜ ਨਹੀਂ ਹੈਗੀ ਉਸ ਇੰਡਸਟਰੀ ਬਾਰੇ ਸੋ ਇਸ ਕਰਕੇ ਮੈਂ ਮਾਸਟਰਸ ਕਰਨ ਨਹੀਂ ਜਾ ਰਿਹਾ ਵਾਂ ਅਤੇ ਇਹ ਬਸ ਇੰਨੀ ਕੀ ਗੱਲਬਾਤ ਸੀਗੀ ਜੇ ਕੁਛ ਹੋਰ ਵੀ ਰਹਿ ਗਿਆ ਹੋਇਆ ਤਾਂ ਹੈ ਨਾ ਮੈਨੂੰ DM ਵਗੈਰਾ ਕਰ ਲਿਓ ਮੇਨ ਗੱਲਾਂ ਤੁਹਾਨੂੰ ਦੁਬਾਰਾ ਦੱਸ ਦਿੰਦਾ ਵਾਂ ਵੀ ਗੈਪ ਐਕਸੈਪਟਡ ਆ ਇੱਕ ਸਾਲ ਦੇ ਨੂੰ ਲੋੜ ਨਹੀਂ ਗੀ ਉਹ ਸਿੰਪਲ ਐਕਸਕਿਊਜ਼ ਦੇ ਸਕਦੇ ਜਿਨ੍ਹਾਂ ਦਾ ਇੱਕ ਡੇਢ ਸਾਲ ਦਾ ਗੈਪ ਆ ਜਿਨ੍ਹਾਂ ਦਾ 2 ਆ 3 ਦਾ 4 ਦਾ ਉਹਨਾਂ ਨੂੰ ਦੇਖੋ ਉਹ ਤੁਸੀਂ ਦੇਖੋ ਵੀ ਜਾਂ ਤਾਂ ਇਕੱਲਾ ਹੀ ਸਟੱਡੀ ਦਾ ਸਟੱਡੀ ਲਾ ਕੇ ਜਿਨ੍ਹਾਂ ਦਾ ਜ਼ਿਆਦਾ ਵੀ 4 ਸਾਲ ਦਾ ਸਟੱਡੀ ਲਾ ਕੇ 1 ਸਾਲ ਦੀ 2 ਸਾਲ ਦੀ ਸਟੱਡੀ ਦਾ ਕੋਈ ਸਰਟੀਫਿਕੇਸ਼ਨ ਲਾ ਕੇ ਉਹਦੇ ਬਾਅਦ ਥੋੜ੍ਹਾ ਵਰਕ ਐਕਸਪੀਰੀਅੰਸ ਦੱਸ ਦਿਉ ਠੀਕ ਆ ਉਹਦੇ ਨੇ ਕਿ ਵੀ ਪੜ੍ਹਿਆ ਫਿਰ ਉਹਦੇ ਬਾਅਦ ਕੰਮ ਕੀਤਾ ਤਾਂ ਮੈਨੂੰ ਲੱਗਿਆ ਵੀ ਹਜੇ ਲੋੜ ਆ ਅਤੇ ਜੇ ਕਿਸੇ ਨੇ 1 ਸਾਲ ਦਾ ਉਹ ਸਟੱਡੀ ਦਾ ਲਾ ਦਿਉ ਬਟ ਉਹ ਕਹੋ ਵੀ ਮੈਨੂੰ ਲੱਗਦਾ ਨਹੀਂ ਵੀ ਇਹ ਸਫੀਸ਼ੀਐਂਟ ਇਸ ਕਰਕੇ ਮੈਂ ਜਾਣਾ ਵੀ ਉਹਦੇ ਵਿੱਚ ਮੈਂ ਕੀ ਕਰਦਾ ਰਿਹਾ ਮਤਲਬ ਉਹ ਕੀਤਾ ਸਾਰਾ ਕੰਮ ਕਾਰ ਹੈ ਨਾ ਵੀ ਸਟੱਡੀ ਕੀਤੀ ਅਤੇ ਬਟ ਉਹ ਸਟਿਲ ਹਜੇ ਮੈਨੂੰ ਹੋਰ ਸਿੱਖਣ ਦੀ ਲੋੜ ਇਸ ਕਰਕੇ ਮੈਂ ਜਾ ਰਿਹਾ ਵਾਂ ਬਸ ਇੰਨੀ ਹੀ ਗੱਲ ਆ ਉਹਨੂੰ ਕੌਨਫੀਡੈਂਟਲੀ ਆਂਸਰ ਦੇਣਾ ਵਾ ਕੁਛ ਨਹੀਂ ਉਹ ਚੈੱਕ ਵੈਰੀਫਿਕੇਸ਼ਨ ਨਹੀਂ ਕਰਦੇ ਕਿ ਤੁਹਾਡੀ ਵੀ ਤੁਸੀਂ ਕਿੱਥੋਂ ਬਣਵਾਇਆ ਕੀ ਕੀਤਾ ਅਤੇ ਬਸ ਹੋਵੇ ਥੋੜ੍ਹਾ ਜੈਨੂਨ ਲੱਗੇ ਹੈ ਨਾ ਕਈ ਵਾਰੀ ਤਾਂ ਪੁੱਛਦੇ ਵੀ ਹੈ ਨਹੀਂ ਮੈਥੋਂ ਨਹੀਂ ਪੁੱਛਿਆ ਉਹਨਾਂ ਨੇ ਵੀ ਤੂੰ ਕੀ ਕਰਦਾ ਰਿਹਾ 3 ਸਾਲ ਅਤੇ ਸਹੀ ਹੈ ਨਾ ਤੁਹਾਡੇ ਵੀ ਆਪਣਾ ਚਲੋ ਵੀਜ਼ਾ ਆ ਗਿਆ ਅਤੇ ਬਸ ਇਹੀ ਗੱਲਬਾਤ ਸੀਗੀ ਥੈਂਕ ਯੂ ਸਾਰਿਆਂ ਦਾ ਵੀਡੀਓ ਨਾ ਮੇਰੇ ਕੋਲ ਟਾਈਮ ਘੱਟ ਹੁੰਦਾ ਇਸ ਕਰਕੇ ਮੈਂ ਜਲਦੀ ਜਲਦੀ ਬਣਾ ਦਿੰਦਾ ਵਾ ਜੇ ਕੋਈ ਗੱਲਬਾਤ ਰਹਿ ਗਈ ਤਾਂ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰ ਲਿਓ ਥੈਂਕ ਯੂ